ਤੇ ਸਾਨੂੰ ਗੇਟ ਲੱਗੂਗਾ ਜੀ, ਪਾਰਕਾਂ ਲੱਗੀਆਂ ਜੀ, ਤੁਹਾਡੇ ਆਹ ਹੋਇਆ ਜੀ, ਕੱਖ ਨਹੀਂ ਹੋਇਆ ਜੀ, ਇੱਥੇ ਕੱਖ ਨਹੀਂ, ਚੋਰ ਆ ਇੱਥੇ, ਇੱਥੇ ਨਸ਼ੇੜੀ ਬਹਿੰਦੇ ਆ, ਕੋਈ ਪੁਲਿਸ ਨਹੀਂ ਆਉਂਦੀ, ਕੋਈ ਇਹਨਾਂ ਦੀ ਕਲੋਨੀ ਦਾ ਕੋਈ ਹੈ ਹੀ ਨਹੀਂ ਗਾ ਕੁਛ ਵੀ। कोविड 19 के प्रकोप में पुलिस प्रशासन की मसरूफता को भांप मौका प्रस्तों ने शहर में अपनी लूटपाट जैसी आपराधिक गतिविधियों को तेज कर दिया है। इसी श्रृंखला में बुधवार रात जसिया रोड स्थित सुनील कॉलोनी में बने यशवी होम्स निवासी मोहनलाल के घर में लगभग 25,000 नकदी समेत सोने व लैपटॉप जैसे सामान के चोरी की घटना सामने आई है। कपड़ा व्यापारी मोहनलाल का कहना है कि वे रात में घर को अंदर से ताला लगाकर छत पर सोए थे। सुबह 5 बजे नीचे उतरे तो देखा कि उनके घर में चोरी हो चुकी है, जिसकी खबर उन्होंने पुलिस को दे दी। व्यापारी मोहनलाल का आरोप है कि कहीं न कहीं इस घटना के लिए कॉलोनाइजर व बिल्डर भी दोषी है, जिसने मकान बेचते समय कॉलोनी में गेट लगवाने व सिक्योरिटी देने जैसे कई वायदे किए, बाद में मुकर गए। उन्होंने प्रशासन से चोरों के साथ कॉलोनाइजर पर भी कार्यवाही करते हुए इंसाफ की गुहार लगाई। ਮੇਰਾ ਨਾਮ ਮੋਹਨ ਲਾਲ ਆ ਜੀ। ਹਾਂਜੀ, ਮੈਂ ਜੈਸ਼ਵੀਨ ਕਲੋਨੀ ਦੇ ਵਿੱਚ ਰਹਿੰਦਾ। ਓਕੇ, ਤੇ ਗਲੀ ਨੰਬਰ 1 ਆ ਜੀ ਮੇਰੇ। ਰਾਤੀ ਅਸੀਂ 11:30 ਵਜੇ ਮੈਂ ਥੋੜ੍ਹੀ ਜਿਹੀ ਉਹ ਕਰਦਾ ਵਾਂ ਕੱਪੜੇ ਦਾ ਕੰਮ ਥੋੜ੍ਹਾ ਛੋਟਾ ਜਿਹਾ, ਅਤੇ ਉਹ ਬਾਹਰ ਰੱਖਿਆ ਸੀ। ਉਹ ਅਸੀਂ 11:30-12 ਵਜੇ ਉੱਤੇ ਕੋਠੇ 'ਤੇ ਸੁੱਤੇ ਹਾਂ। ਉਦੋਂ ਮਗਰੋਂ ਰਾਤ ਨੂੰ ਕੋਠੇ 'ਤੇ ਸੁੱਤੇ, ਅਰ ਲਾ ਕੇ ਸੁੱਤੇ, ਅਤੇ ਗੇਟ ਦੀਆਂ ਚਾਬੀਆਂ ਵੀ ਸਾਰੀਆਂ ਸਾਡੀਆਂ ਅੰਦਰ ਹੀ ਪਈਆਂ ਸੀ, ਅਤੇ ਕਾਗਜ਼ ਪੱਤਰ ਪੈਸੇ ਪਏ ਸੀ ਆ ਗੱਲੇ ਦੇ ਵਿੱਚ, ਇਹ ਵੀ ਲੈ ਗਿਆ। 20-25 ਹਜ਼ਾਰ ਰੁਪਈਆ ਪਿਆ ਸੀਗਾ, 2 ਮੇਰੀਆਂ ਅੰਗੂਠੀਆਂ ਸੀ ਅਤੇ 1 ਲੈਪਟੋਪ ਸੀ, ਅਤੇ ਬਹੁਤ ਜ਼ਿਆਦਾ ਮੇਰਾ ਭਾਰੀ ਨੁਕਸਾਨ ਹੋਇਆ। ਨਹੀਂ ਸਰ, ਜਿਵੇਂ ਕਿ ਤੁਹਾਡੇ ਚੋਰੀ ਹੋਈ ਆ, ਤੁਸੀਂ ਤੁਹਾਨੂੰ ਪਹਿਲਾਂ ਤੁਸੀਂ ਥਾਣੇ ਕੰਪਲੇਂਟ ਲਿਖਾਈਏ ਜੀ। ਥਾਣੇ ਤੋਂ ਉਹਨਾਂ ਤੋਂ ਕੋਈ ਆਇਆ ਅਫਸਰ ਕਿ ਨਹੀਂ? ਹਾਂਜੀ, ਪੂਰੇ 1.5 ਘੰਟੇ ਬਾਅਦ ਪੁਲਿਸ ਵਾਲੇ ਆਏ ਜੀ। ਹਾਂਜੀ, ਉਹ ਕੀ ਕਾਰਵਾਈ ਕਰਕੇ ਗਏ? ਉਹ ਕੁਛ ਨਹੀਂ ਕਰਕੇ ਗਏ ਜੀ, ਬਸ ਇੱਕ ਮੇਰਾ ਨਾਂ ਲਿਖ ਕੇ ਲੈ ਗਏ ਜੀ, ਅਤੇ ਉਦੋਂ ਮਗਰੋਂ ਕਹਿੰਦੇ ਜੀ ਚੌਂਕੀ 'ਚ ਆ ਜਾਓ। ਠੀਕ ਠੀਕ। ਅਤੇ ਸਰ, ਜਿਵੇਂ ਕਿ ਕਲੋਨੀ ਲਈ ਆ, ਜਿਵੇਂ ਕਲੋਨੀ ਦਾ ਕੋਈ ਮਾਲਕ ਹੈ, ਮਾਲਕ ਨਾਲ ਤੁਸੀਂ ਪੁੱਛਣਾ ਜੀ? ਜਿਵੇਂ ਮਾਲਕ ਨੇ ਤਾਂ ਬਿਲਕੁਲ ਸਾਡੇ ਨਾਲ ਝੂਠ ਬੋਲਿਆ ਜੀ। 14 ਲੱਖ ਦਾ ਮੇਰਾ ਸੌਦਾ ਹੋਇਆ ਜੀ, 28 ਲੱਖ 'ਚ ਮੈਨੂੰ ਮਕਾਨ ਪਿਆ ਇਹ ਲੋਨ ਦੇ ਉੱਤੇ। ਸਾਨੂੰ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ, ਅਤੇ ਸਾਨੂੰ ਗੇਟ ਲੱਗੂਗਾ ਜੀ, ਪਾਰਕਾਂ ਲੱਗੀਆਂ ਜੀ, ਤੁਹਾਡੇ ਆਹ ਹੋਇਆ ਜੀ, ਕੱਖ ਨਹੀਂ ਹੋਇਆ ਜੀ, ਇੱਥੇ ਕੱਖ ਨਹੀਂ, ਚੋਰ ਆ ਇੱਥੇ, ਇੱਥੇ ਨਸ਼ੇੜੀ ਬਹਿੰਦੇ ਆ, ਕੋਈ ਪੁਲਿਸ ਨਹੀਂ ਆਉਂਦੀ, ਕੋਈ ਇਹਨਾਂ ਦੀ ਕਲੋਨੀ ਦਾ ਕੋਈ ਹੈ ਹੀ ਨਹੀਂ ਗਾ ਕੁਛ ਵੀ। ਨਹੀਂ, ਜਿਹੜਾ ਇੱਥੇ ਦਾ ਕਲੋਨੀ ਦਾ ਮਾਲਕ ਆ, ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਭਾਅ ਜੀ? ਆ ਹੁਣ ਸੁਬਾ ਮੇਰੇ ਮਿਸੀ ਨੇ ਗੱਲ ਕੀਤੀ ਸੀਗੀ, ਉਹ ਕਹਿੰਦਾ ਜੀ ਅਸੀਂ ਕੀ ਕਰ ਸਕਦੇ। ਠੀਕ ਆ, ਠੀਕ ਆ। ਅਤੇ ਜਿਵੇਂ ਕਿ ਸਰ ਆਪਣਾ ਕਲੋਨੀ ਦੇ ਵਿੱਚ ਕੋਈ ਉਹਨਾਂ ਕਹਿਣਾ ਵੀ ਸਕਿਉਰਿਟੀ ਗਾਰਡ ਦੇ ਦਿਓ, ਸਾਡੇ ਇਹਨਾਂ ਚੋਰੀ ਹੋਈ ਆ, ਤਾਂ ਕੋਈ ਗੱਲ ਕਰਨੀ ਸੀ ਤੁਸੀਂ ਉਹਦੇ ਨਾਲ? ਇਹਨਾਂ ਨੇ ਕੁਛ ਨਹੀਂ ਦੇਣਾ ਜੀ, ਕੱਖ ਨਹੀਂ ਮਿਲਣਾ ਜੀ, ਇਹ ਤਾਂ ਸਾਨੂੰ ਆਪ ਨੂੰ ਰੱਖਣੇ ਪੈਣੇ ਆ। ਠੀਕ ਠੀਕ, ਓਕੇ। ਬਿਊਰੋ ਰਿਪੋਰਟ, ਜਨਹਿਤੇਸ਼ੀ।